ਲੋਕਸਭਾ ਚੋਣਾਂ 2019 ਲਈ ਕਾਂਗਰਸ ਨੇ ਪੰਜਾਬ ਲਈ ਪਹਿਲੀ ਉਮੀਦਵਾਰ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਦੇ ਵਿੱਚ ਕਈ ਪੁਰਾਣੇ ਐਮਪੀ ਨੂੰ ਹੀ ਦੁਬਾਰਾ ਮੌਕਾ ਦਿੱਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਔਜਲਾ ਤੇ ਹੀ ਪਾਰਟੀ ਨੇ ਇੱਕ ਵਾਰ ਫਿਰ ਭਰੋਸਾ ਜਿਤਾਇਆ, ਜਿਸ ਦੇ ਬਾਅਦ ਔਜਲਾ ਦੇ ਘਰੇ ਜਸ਼ਨ ਅਤੇ ਮਠਿਆਈਆਂ ਦਾ ਦੌਰ ਜਾਰੀ ਹੈ। ਜਿੱਥੇ ਔਜਲਾ ਗੁਰੂ ਘਰ ਚ ਨਤਮਸਤਕ ਹੋ ਸ਼ੁਕਰਾਨਾ ਕਰਦੇ ਦਿਖਾਈ ਦੇ ਰਹੇ ਨੇ, ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਤੇ ਉਹਨਾਂ ਦਾ ਪਰਿਵਾਰ ਤੇ ਸਮਰਥਕ ਮੁੜ ਉਹਨਾਂ ਦੀ ਜਿੱਤ ਨੂੰ ਯਕੀਨੀ ਦੱਸ ਰਹੇ ਨੇ। ਦੇਖੋ ਜੀ, ਪਹਿਲੀ ਟਿਕਟ ਤੇ ਤੁਸੀਂ ਕਹਿ ਸਕਦੇ ਹੋ ਵੀ ਇੱਕ ਬੰਦਾ ਵੇਖ ਕੇ ਮਿਲੀ, ਦੂਸਰੀ ਕੰਮਾਂ ਨੂੰ ਮਿਲੀ ਹੈ। ਜਦੋਂ ਰੈਪੂਟੇਸ਼ਨ ਹੁੰਦਾ ਨਾ, ਇਹਦਾ ਮਤਲਬ ਉਹ ਬੰਦਾ ਨਹੀਂ ਬੋਲਦਾ, ਉਹਦੇ ਕੰਮ ਬੋਲਦੇ ਆ, ਤੇ ਜਿਹਦੇ ਕੰਮ ਬੋਲਣ ਉਹਨੂੰ ਆਪ ਬੋਲਣਾ ਨਹੀਂ ਪੈਂਦਾ। ਅਸੀਂ ਬਹੁਤ ਖੁਸ਼ ਹਾਂ, ਸਾਰਾ ਹੀ ਅੰਮ੍ਰਿਤਸਰ ਪਰਿਵਾਰ, 9 ਦੀ 9 ਕੰਸਟੀਚੁਐਂਸੀ, ਅਸੀਂ ਬਹੁਤ ਖੁਸ਼ ਹਾਂ ਕਿ ਗੁਰਜੀਤ ਸਿੰਘ ਔਜਲਾ ਦੁਬਾਰਾ ਸਾਡੇ MP ਦੇ ਰੂਪ 'ਚ ਆ ਰਹੇ ਆ। ਛੋਏ ਜ਼ਰੂਰ ਆ, ਰਿਹਾ ਕੋਈ ਨਹੀਂ ਆ, ਜਿਹੜੇ ਸਾਡੇ ਛੋਏ ਅਧੂਰੇ ਨੇ ਉਹ ਅਸੀਂ ਕੰਪਲੀਟ ਕਰਾਂਗੇ। ਮੈਸੇਜ ਇਹ ਕਿ ਤੁਸੀਂ ਜੇ ਸਾਡੇ ਨਾਲ ਹੋ ਤਾਂ ਅਸੀਂ ਤੁਹਾਡੇ ਨਾਲ ਆ, ਭਾਵੇਂ ਹਨੇਰੀਆਂ ਹੋਣ ਭਾਵੇਂ ਝੱਖੜ ਹੋਣ, ਔਜਲਾ ਪਰਿਵਾਰ ਤੁਹਾਡੇ ਨਾਲ ਬਿਲਕੁਲ ਚਟਾਨ ਦੀ ਤਰ੍ਹਾਂ ਖੜਾ ਹੈ। ਦੱਸਦੀ ਕਿ ਬੀਤੇ ਦਿਨ ਹੀ ਕਾਂਗਰਸ ਦੇ ਵੱਲੋਂ ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਦੀਆਂ 6 ਸੀਟਾਂ ਤੇ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਜਿਸ ਦੇ ਬਾਅਦ ਉਮੀਦਵਾਰਾਂ ਦੇ ਘਰਾਂ 'ਚ ਮਠਿਆਈਆਂ ਅਤੇ ਜਸ਼ਨ ਦਾ ਦੌਰ ਜਾਰੀ ਹੈ। ਅੰਮ੍ਰਿਤਸਰ ਤੋਂ ਮੁਕੇਸ਼ ਬਾਵਾ ਦੀ ਰਿਪੋਰਟ।